ਅਸਲਾਮੁ ਅਲੈਕੁਮ ਮਸੇਰੋ ਤੇ ਦਤ ਪੋਤਰਿਓ ਜਨਾਬੇ ਆਲੂ ਪੇਸ਼ੇ ਖਿਦਮਤ ਤੇ ਪਿੰਡੀ ਨੀ ਇੱਕ ਹੋਰ ਤਹਿਸੀਲ ਮਰੀ ਤੇ ਉੱਥੇ ਨੇ ਬਾਸੀਆਂ ਤੇ ਅਬਾਸੀਆਂ ਨਿਸ਼ਾਨ ਸੰਗਿਓ ਮਰੀ ਨਾ شمار ਪਾਕਿਸਤਾਨ ਨੇ ਖੂਬਸੂਰਤ ਤਰੀਨ ਇਲਾਕਿਆਂ ਹੀ ਚੋਣਾ ਤੇ ਮਰੀ ਨੇ ਲੋਕਾਂ ਨਾ ਵੀ شمار ਪਾਕਿਸਤਾਨ ਨੇ ਫਨਕਾਰ ਤਰੀਨ ਲੋਕਾਂ ਵਿੱਚ ਉਹਨਾਂ ਨੇ ਸੰਗਿਓ ਜਿਹੜੇ ਮਰੀ ਜੰਮਨ ਹੋਣੇ ਨਾ ਉਹਨਾਂ ਨਾ ਫਿਰ ਸਾਰੀ ਜ਼ਿੰਦਗੀ ਖੂਨ ਹੀ ਜੰਮਣਾ ਰਹਿਣਾ ਤੇ ਉਹਨਾਂ ਨਾ ਜਿਸਮ ਹੀ ਠਰਨਾ ਰਹਿਣਾ ਕੀ ਆ ਕਿ ਮਰੀਨਾ ਮੌਸਮ ਤਕਰੀਬਨ ਸਾਰਾ ਸਾਲ ਹੀ ਠੱਡਾ ਰਹਿਣਾ ਨੇ ਤੇ ਮੌਸਮੇ ਨਾਲ ਭਰੋਸਾ ਵੀ ਕੋਈ ਨਹੀਂ ਉਹਨਾਂ ਨੇ ਕਿ ਸਵੇਰੇ ਧੁੱਪ ਨਿਕਲੀ ਹੋਵੇ ਤੇ ਸ਼ਾਮੀ بارش ਹੋਣ ਪਏ ਕਿਸੇ ਕਹਿ ਖੂਬ ਹੀ ਆਹਿਆ ਕਿ ਲੋਰਨਾ ਫੈਸ਼ਨ ਤੇ ਮਰੀਨਾ ਮੌਸਮ ਕਿਸੇ ਵੇਲੇ ਵੀ ਬਦਲੀ ਸਕਣਾ ਮਰੀ ਵਿੱਚ ਅਕਸਰ ਸਰਦੀਆਂ ਇੰਨਾ ਸੂਰਜ ਸਰਦੀਆਂ ਦੀਆਂ ਛੁੱਟੀਆਂ ਉੱਪਰ ਚਲਾ ਗਿਸ਼ਣਾ ਤੇ ਗਿਸ਼ਣਾ ਵੀ ਕੋਈ ਹਫ਼ਤੇ ਹਫ਼ਤੇ ਹੱਸਿਆ ਤੇ ਮਰੀ ਵਾਲ ਵਿਚਾਰੇ ਸੂਰਜ ਕੀ ਤਰਸ ਨਹੀਂ ਰਹੇ ਨੇ ਮਰੀ ਨੇ ਖਾਤੇ ਪੀਤੇ ਗਰਨ ਨਾਲ ਤੱल्लੁਕ ਰੱਖਣ ਵਾਲੇ ਲੋਕ ਤੇ ਨੋਟ ਛਾਪਣੇ ਵਾਲੇ ਲੋਕ ਨਾ ਗਰਮੀਆਂ ਤਾਂ ਇੰਜੋਏ ਕਰਨੇ ਨੇ ਮਰੀਜ ਕਿਆਂ ਕਿ ਮਰੀਜ ਮੌਸਮੋ ਨਾ ਬਹੁਤ ਟੈਟ ਬਹੁਤ ਖੁਸ਼ਹਵਾਰ ਕਿਸਮ ਨਾ ਲੇਕਿਨ ਜੁਈ ਸਰਦੀਆਂ ਪੈਨੀਆਂ ਤਾਂ ਉਹਨੇ ਹੀ ਥੋੜਾ ਸੀਉ ਲਖਣਾ ਸ਼ੁਰੂ ਹੋਣਾ ਤਾਂ ਉਹ ਫਿਰ ਬੁੰ ਨਦਰਲੈਨ ਨਾ ਸ਼ੁਰੂ ਹੋਈ ਪੈਨੇ ਯਾਨੀ ਪਿੰਡੀ ਤੇ ਇਸਲਾਮਾਬਾਦ ਵਾਲੇ ਪਾਸੇ ਤੇ ਬਾਕੀ ਮਾਤਰ ਲੋਕ ਜਿਸ ਤਰ੍ਹਾਂ ਸਰਦੀਆਂ ਲੰਗਾਨੇ ਨਾ ਜਾਂ ਫਿਰ ਉਹ ਜਾਣੇ ਤੇ ਜਾਂ ਫਿਰ ਛਤਰੀ ਵਾਲਾ ਜਾਣਨਾ ਇਹ ਮੇ ਜਾਣਨੀ ਆ ਜਾਂ ਛਤਰੀ ਵਾਲਾ ਜਾਣਨਾ ਲਈ मरी बॉयज वैसे तो बड़े चिट्टे फेद होने ने लेकिन जो इस सर्दिया शुरू होनी आना, ते नहीं ना अंगीठी ना रंग काले कोयले रोई ने सियाला गा कोई इतना अंत किस्म न होना ना के मरी ने बासिया ना दिल करना के पूरे जंगलै की आग लाई था अपना आप सेकी की ते कि जिस सर्दी चली गशनी अंदर तक तो उसकी कटने से फिर ने सामने बड़े मशकूक मशकूक पोज ही बनाने पैने मरी बॉयज की ए मरी ने बासी ना सले ही लाई मखलूक बनी गशने ने 8 8 10 10 ਕਪੜੀਆਂ ਨਹੀਂ ਤਿਆਂ ਲਈ ਤੱਕ ਰੂ ਬਾਹਰ ਨਿਕਲਨੇ ਤਾਂ ਕਿ ਸਰਦੀ ਕੀ ਢਕਿਆ ਜੁਲੀ ਸਕੇ ਤੇ ਸ਼ਾਮੀ ਤੱਕ ਨਾ ਨਕ ਨਾ ਬਗਣਾ ਹੋਵੇ ਮਰੀ ਨੇ ਬਾਸੀਆ ਨਾ ਬਿਹਤਰੀਨ ਸਾਥੀ ਉਹਨਾਂ ਨੇ ਇਤਰ ਤੇ ਨਾਲੇ ਬਾਡੀ ਸਪਰੇ ਜਿਹੜਾ ਕਿ ਸਿਆਲੇ ਵਿੱਚ ਨਾ ਕਿ ਨਾ ਠੰਡੇ یخ ਪਾਣੀਆਂ ਕੋਲ ਬਚਾਈ ਤਾ ਰੱਖਣਾ ਕੀ ਅਗੇ ਇਸ ਠੱਡੇ ਪਾਨੀਆਂ ਨਾਲ ਨਾ ਨਾ ਨੇ ਹਸਤੇ ਨਾ ਬਹੁ ਮਚਾਈ ਨਹੀਂ ਹੋਣੀ ਇਤਨੀ ਮਾਵਰੀਆਂ ਵੀ ਬਹੁ ਸਮਝਦਾਰ ਹੋਣੀਆਂ ਉਹ ਆਪਣੇ ਬੱਚੇ ਹੀ ਕੁੜਾ ਖੜਨੇ ਤੋਂ ਪਹਿਲੇ ਨਾ ਪੋੜੜਾ ਨੇ ਖੂਬ ਲੇਪੜੇ ਚਾੜਨੀਆਂ ਕਿਆ ਕਿ ਉਹ ਨਹੀਂ ਪਤਾ ਹੋ ਨਾ ਕਿ ਇਸ ਨਮੂਨੇ ਹੀ ਅਗਰ ਨਵਾਲੀ ਛੋੜਿਆ ਤੇ ਇਸ ਕੀ ਨਮੂਨੀਆਂ ਹੋਈ ਜੁਲਸੀ ਤੇ ਉਹ ਬੱਚੇ ਜਿਸਲੇ ਥੋੜੇ ਜਿਹਾ ਬੜੇ ਹੋਨੇ ਨਾ ਤੇ ਉਹ ਸਭ ਤੋਂ بڑا ਦੁਸ਼ਮਨ ਆਪਣਾ ਪਾਨੀਆਂ ਕੀ ਇਹ ਸਮਝਨੇ ਤੇ ਪਾਨੀਆਂ ਕੋਲ ਨਾ ਦੂਰੀ ਦੌੜਨੇ ਰਹੇ ਨੇ ਤੇ ਫਿਰ ਦੋ ਚੋਂ ਹਫਤਿਆਂ ਬਾਅਦ ਨਾ ਮਾਵਰੀਆਂ ਇਹਨਾਂ ਕੀ ਗੋੜੀ ਗੋੜੀ ਤਾਂ ਨਵਾ ਲੀਆਂ ਤੇ ਖੂਬ ਖੇਖਣ ਤੇ ਖੂਬ ਤਾਲ ਕਰਨੇ ਪਾਣੀਆਂ ਤੋਂ ਦੂਰੀ ਨਹੀਂ ਵਜਾ ਤੂੰ ਇੱਥੇ ਕਈ ਪਾਪਾ ਨੀਆਂ ਪਰੀਆਂ ਜੂਆਂ ਤੇ ਲੀਖਾਂ ਕੋਲੋਂ ਭਰੀਆਂ ਹੀ ਮਿਲਨੀਆਂ ਨੇ ਜਿਹੜੀਆਂ ਕਿ ਹਫਤਾ ਹਫਤਾ ਨਾਨੀਆਂ ਕੋਈ ਨਹੀਂ ਤੇ ਨਾ ਪੁੱਛੋ ਤੇ ਮਹਿਕ ਤੇ ਮੈਂ ਸਲੂਟ ਪੇਸ਼ ਕਰਨਾ ਹੈ ਉਹਨਾਂ ਮਰੀਵਾਲ ਕੀ ਜਿਹੜੇ ਕਿ ਇਸ ਠੰਡ ਨੇ ਦੌਰਾਨ ਵੀ ਨਮਾਜ਼ ਕਜ਼ਾ ਬਿਲਕੁਲ ਨਹੀਂ ਹੁੰਦੇ ਨੇ ਪੜਾਈ ਲਿਖਾਈ ਨਹੀਂ ਗੱਲ ਕੀਤੀ ਕਿ ਛੇ ਤਾਂ ਮਰੀਵਾਲ ਨਾ ਬਚਪਨ ਤੋਂ ਹੀ ਬਸਤੇ ਬਗਾਇਬ ਗਾਇ ਪਰੇ ਮਾਰਨੇ ਹੋਨੇ ਤੇ ਮਾਵਰੀ ਪੇਵਰੀਆਂ ਕੋਲੋਂ ਨਾ ਖੂਬ ਕੁੱਟਾਂ ਖਾਈ ਨਾ ਤੇ ਫਿਰ ਸਕੂਲੇ ਤੱਕ ਪਹੁੰਚਨੇ ਜਾਂ ਤੇ ਮਰੀ ਨੇ ਜਾ ਕੇ ਤਾਂ ਨਾ ਪੜਾਈ ਲਿਖਾਈ ਨੇ ਮਾਮਲੇ ਜੂ ਬੂੰ ਇੰਡਾ ਲੇ ਕੇ ਸਮਨੇ ਹੋਨੇ ਤੜਾਇ ਕਮ ਤੜਾਇ ਤੜਾਇ ਦਾਨੇ ਸੀ ਤੜਾ ਤੜੀ ਹਣਾਉ ਤੜਾਇ ਚਕਬਾਣਾ ਹਾਂ ਤੜਾਇ ਪੰਜ ਦਾ ਯਾ ਫਿਰ ਇਤਨਾ ਪੜੀ ਲਿਖੀ ਗਿਸ਼ਨੇ ਕਿ ਡਾਇਰੈਕਟ ਵਜ਼ੀਰਿਆਜ਼ੋ ਮਿਲਾਈ ਗਿਸ਼ਨੇ میں شاید کاکانباسی حیثیت ریاست پاکستان قومی جمہوریہ پاکستان کے دستور کو برقرار رکھوں گا مری بوائز نہیں گل کرو تو مری بوائز بھی تو سکلو کاٹ کوئی نہیں اننا نے ہا تو بس کیمرے والا موبائل چڑھنا چاہنا ایسے ایسے پوسٹ ماری تے تصویراں بنانے نا کہ کیمرہ ایجاد کرنے والے نے روح بھی ایک دفعہ کانپی گچھنی ہوتی اپروف اور ایڈیٹنگ اوئیں ایسے اینڈ لیول نہیں کرانے نا کہ بندا این نہیں خراجے تے سین پیش کیتے بغیر رہ ہی نہیں سکتا برفوں نے سیزن وچ موٹر سائیکل چلانے والے جاگت نا ਏਕ ਨਾ ਇੱਕ ਦਫਾ ਤੇਲ ਕੀ ਤਾਂ لازਮੀ ਆਪਣਾ ਥਨ ਪਨਵਾਨੇ ਲੇਕਿਨ ਬਾ ਹਿੰਮਤ ਤੇ ਬਾ ਕਮਾਲ ਲੋਕ ਸੈਲਫੀ ਸਟਿਕ ਨਹੀਂ ਛੋੜਨ ਲਗੇ ਕੁਝਰ ਸਭ ਪਿੱਛੇ ਗੱਛੋ ਤੇ ਇਤੇ ਟੀਵੀ ਬੜੇ ਨਾਇਾਬ ਹੋਣੇ ਸੇ ਤੇ ਇਤਨੇ ਟੀਟ ਹੋਣੇ ਕਿ ਤਫਾ ਖਾਦੇ ਬਗੈਰ ਆਨ ਵੀ ਨਾ ਸੇ ਹੋਣੇ ਤਸਨੇ ਪੇਵਰੀਆ ਚਾਚੀਆਂ ਤਾਇਆ ਨਹੀਂ ਇੱਕ ਅਦੀ ਤਸਵੀਰ لازਮੀ ਟੀਵੀ ਨਾਲ ਹੋਣੀ ਸੀ ਮਰੀਚ ਆਬਾਸੀ ਬਹੁ ਹੀ ਕਸਰਤ ਨਾਲ ਪਾਏ ਜੁਲ ਲੈਨੇ ਤਾ ਆਬਾਸੀਆ ਨੇ ਹੋਣੇ ਫਿਰ ਦੋ ਹੀ ਸ਼ੌਕ ਇੱਕ ਤਾਂ ਖਾਣਾ ਤੇ ਦੁਆ ਸੈਨਾ ਇਸਨੀ ਮਿਸਾਲ ਹੈ ਕਿ ਤੁਸੀਂ ਪਾਕਿਸਤਾਨ ਨੇ ਕਿਸੇ ਵੀ ਇਲਾਕੇ ਚਲੇਗਾ ਚੋਨਾ ਤੁਸੀਂ ਹੁੰਤੇ ਆ ਵਾਸੀ ਹੋਟਲ ਜਾਂ ਵਾਸੀ ਰੈਸਟੋਰੈਂਟ لازਮੀ ਨਜ਼ਰ ਆ ਰਹੀ ਸੀਨੇ ਤੇ ਅਗਰ ਸੋਂ ਬਰਫ ਨੇ ਸੀਜ਼ਨ ਇਚ ਮਰੀ ਸ਼ਰੀਫ ਗਛਨੇ ਹੋਨਾ ਤੇ ਆਪਣੀਆਂ ਜੇਬਾਂ ਸ਼ਰੀਫ ਯਾਨੀ ਕਿ ਬੋਜੇ ਖੂਬ ਭਰੀ ਤਗ ਗਛੋ ਕਿ ਇਹ ਕਿ ਪੂਰੇ ਸਾਲੇ ਨੀ ਕਮਾਈ ਇਹ ਸਿਰਫ ਤਰੇ ਚਾਰ ਮਹੀਨਿਆਂ ਇਚ ਹੀ ਕਰਨੇ ਨੇ ਸੀਜ਼ਨ ਇ ਤ ਖਾਣੇ ਇਤਨੇ ਘਟੀਆ ਹੋਏ ਗਛਨੇ ਨਾ ਕਿ ਤੁਸੀਂ ਚਿਕਨ ਕੜਾਈ ਨੇ ਨਾ ਪਰ ਉਬਲਿਆ ਜਾਂ ਪਹਾਨੀਆਂ ਵਾਲਾ ਗੋਸ਼ ਚਾਹੀਦੇ ਨੇ ਤੇ ਖਾਣੇ ਨਾ ਬਿੱਲ ਇਸ ਤਰ੍ਹਾਂ ਬਣਾਨੇ ਕਿ ਜਿਸ ਤਰ੍ਹਾਂ ਕੁਕੜੀ ਨਾ ਕਿ ਦਾਦਾ aur ਆਖਰੀ ਨਿਸ਼ਾਨੀ ਨੇ ਤੌਰ ਉਪਰ ਛੋੜੀ ਤ ਗਏ ਸੇ ਤੋ ਉਤਨਾ ਬਿੱਲ ਦੇਨੇ ਤੋਂ ਬਾਅਦ ਫਿਰ ਤੋ ਸਣਾ ਆਜ਼ਮਾ ਵੀ ਬਹੁਤ ਤੇਜ਼ ਆਈ ਗਈ ਛਨਾ ਇੱਥੇ ਅਕਸਰ ਰੋਟਲਾਈਂਜ ਕਮੋਡਾਂ ਹੀ ਲੱਗੀਆਂ ਹੋਈਆਂ ਤੇ ਕਈ ਲੋਕ ਤਾਂ ਅੱਛੀ ਤੱਕ ਕਮੋਡਾਂ ਪਰ ਇਸ ਤਰ੍ਹਾਂ ਬੈਨੇ ਨਾ ਕਿ ਅਗਰ ਅੰਗਰੇਜ਼ ਦੇਖੀ ਕਿਨਨਾਂ ਤੇ ਪਾਕਿਸਤਾਨ ਉਪਰ ਕਮੋਡ ਬਣਾਨੇ ਉਪਰ ਪਾਬੰਦੀ ਲਾਈ ਛੜਨ ਮਰੀਚ ਬਰਫ਼ ਪੈਨੇ ਨੀ ਦੇਰ ਹੋਣੀ ਤੇ ਇੱਥੇ ਸਿਆਵਾਂ ਨਾ ਤਾਂ-ਤਾਂ ਬੰਦੀ ਗਈ ਛਨਾ ਕਿਹਾ ਕਿ ਮਰੀ ਨਾ ਸਾਰਾ ਹਸਨ ਥਿਆਈ ਬਰਫੂ ਨਾਲਾ ਸੀਜ਼ਨ ਵਿੱਚ ਪੂਰੇ ਪਾਕਿਸਤਾਨ ਤੋਂ ਲੋਕ ਮਰੀ ਚਸ਼ਨਾ ਸ਼ੁਰੂ ਹੋਈ ਗਿਸ਼ ਨੇ ਬਰਫੂ ਨੇ ਗੋਲੀਆਂ ਨਾਲ ਖੂਬ ਇੰਜੋਏ ਕਰਨੇ ਇੱਕ ਦੂਈ ਖੂਬ ਕੁੱਟਨੇ ਦੁਗਨੇ ਤੇ ਕੁਝ ਤਰਸੇ ਹੋਏ ਲੋਕ ਤਾਂ ਬਰਫ ਕੀ ਖਾਣਾ ਵੀ ਸ਼ੁਰੂ ਹੋਈ ਗਿਸ਼ ਨੇ ਉਹ ਵੀ ਰੂਹ ਅਫਜ਼ਾ ਬਾਈ ਬਾਈ ਤੇ ਇਸ ਨਾ ਫਲੂਦਾ ਬਣਾਈਦਾ ਬਰਫੂ ਵਿੱਚ ਮੈਦਾਨੀ ਇਲਾਕਿਆਂ ਤੋਂ ਆਏ ਲੋਕਾਂ ਨਾਲ ਨਾ ਇੱਥੇ ਟਰਨਾ ਵੀ ਹੋ ਖਾਈ ਗਿਸ਼ ਨਾ ਐਸੇ ਵਿੱਚ ਕਈ ਅਨਪ੍ਰੈਕਟਿਸ ਸੁਦਾ ਲੋਕ ਨਾ ਬਾਰ ਬਾਰ ਤਿਲ ਕੀ ਤੇ ਟੈਨੇ ਹੋਣੇ ਜਬਕਿ ਕੁਝ ਸ਼ਰਾਰਤੀ ਜਿਤੂਂਗੜੇ ਬਾਂਦਰਾਕੁਲ ਵੀ ਤਫੇ ਖਾਣੇ ਹੋਨੇ ਪਹਿਲੀ ਦਫਾ ਬਰਫ਼ ਦੇਖਨੇ ਆਲੀ ਆਵਾਮ ਨਾ ਜਬ ਤੱਕ ਇੱਕ ਦੂਏ ਕੀ ਬਰਫੂਈਜ ਖੂਬਕਸੂ ਲਿਕਸਲੀਨਾ ਕੇ ਨੰਨਾ ਇਨਾਂ ਕੀ ਇਤਮਨਾਣ ਨਹੀਂ ਮਿਲਣਾ ਇਨਾਂ ਦੀ ਆਤਮਾ ਕੀ ਸ਼ਾਂਤੀ ਨਹੀਂ ਹੋਣੀ ਤੇ ਮਸਤੀਆ ਦੀ ਜਾਕਤ ਤੇ ਪਲਾਨ ਬਣਾਈਤਾ ਆਏ ਹੋਨੇ ਕਿ ਜਬ ਤੱਕ ਬਰਫ਼ 5 ਇੰਚੋਂ ਨਹੀਂ ਨਿਕਲ ਲਗੀ ਨਾ ਆਸਾਨੇ ਪੈਸੇ ਕੋਈ ਨਹੀਂ ਪੂਰੇ ਹੋਣ ਲਗੇ ਸਿਆਹ ਆਪਣੇ ਸੰਗੀਆਂ ਕੀ ਜਾਨ ਸੀਨਾ ਤਰੈਂਡੀ ਔਟਰਨਲੇ ਦਾ ਲਾਈਤੇ ਹੀ ਬਰਫੂਈ ਇੰਜੋਏ ਕਰਨਨੇ ਬਰਫੋ ਕੀ ਸਲਾਈਡ ਸਮਝੀ ਨਾ ਤੋ ਉਸ ਉਪਰ ਟ੍ਰੈਡਣਾ ਤੇ ਫਿਰ ਆਪਣੀਆਂ ਲੱਤਾਂ ਖਲੀਆਂ ਕਰਨਾ ਇਹ ਤੇ ਸੀਜ਼ਨ ਦੀ ਸਭ ਤੋਂ ਫੇਵਰੇਟ ਗੇਮ ਹੋਣੀ ਨੇ ਚੀਰ ਲੀਫ ਨੇ ਮਜ਼ੇ ਕੀ ਨਵੇਂ ਮਰੀ ਨੇ ਨਜ਼ਾਰੇ ਦੇਖੀ ਕੁਝ ਲੋਕ ਤਾਂ ਬਹੁਤ ਜ਼ਿਆਦਾ ਖੁਸ਼ ਹੋਈ ਜੁਲ ਨੇ ਬਹੁਤ ਮਜ਼ਾ ਆ ਰਿਹਾ ਹੈ ਯਾਹਾਂ ਤੇ ਲੱਗ ਰਿਹਾ ਦਿਲ ਗਾਰਡਨ ਗਾਰਡਨ ਹੋ ਰਿਹਾ ਲੇਕਿਨ ਕੁਝ ਵਹਿਮ ਨੇ ਮਾਰੇ ਲੋਕਾਂ ਨੇ ਜ਼ਹਿਨੀ ਚੀਏ ਖਿਆਲ ਅਸ਼ਨੇ ਰਹਿਣੇ ਕਿ ਲਿਫਟ ਉਨੀ ਆਊਟ ਆਫ ਕੰਟਰੋਲ ਹੋਈ ਗਈ ਸੀ ਤਾਂ ਡਾਂਸ ਕਰਨ ਪੈਸੀ ਤਾਂ ਸਹੀ ਪ੍ਰਤੀ ਪ੍ਰਤੀ ਤੇ ਇਧਰ ਉਧਰ ਸੱਟਣਾ ਸ਼ੁਰੂ ਕਰੀ ਦੇ ਸੀ ਤੇ ਉਹਨਾਂ ਦਾ ਪੂਰਾ ਸਫਰ ਫਿਰ ਦੁਆਵਾਂ ਤੇ ਮੰਤਾ ਮੰਨੀਆਂ ਹੀ ਲੰਗੀ ਗਈ ਗੁਨਾਹਗਾਰ ਹਾਂ ਬਸਕਾਰ ਹਾਂ ਮੜੇ ਸੋਹਣੇ ਪੀਰ ਮੇਰੇ ਲਿਚਾ ਮਨੇ ਮਾਲਾ ਕੰਮ ਕਰੇ ਮੜੇ ਸੋਹਣੇ ਪੀਰ ਮੇਰੇ ਲਿਚਾ ਕਿਤਨੀ ਦੇਰ ਖੜੀ ਰਾਵੇ ਕਿ ਪਤਾ ਸਾਜਾ ਵੀ ਵੇ ਨਹੀਂ ਪੀਏ ਕੋਈ ਹਾਰਟ ਅਟੈਕ ਸੀ ਖੁਦਾ ਦੀ ਕਸਮ ਮੇਰੇ ਕੋਈ ਹਾਰਟ ਅਟੈਕ ਸੀ ਜਬਕੇ ਰੈਣੀ ਕਸਰ ਤੋਂ ਸਾਨੇ ਮਸਤੀਆਦੇ ਸੰਗੀ ਕੱਢੀ ਛੜਨੇ ਮੈਂ ਮਰ ਵਈਸਾ ਉਹ ਅੱਲਾਹ ਦੀ ਕਸਮ ਮੈਂ ਡੈਪ ਹੋ ਜਾ ਨੀਉ ਚਾਈ ਤੇ ਲਾ ਕੇ ਤਲੀਕ ਆ ਰਿਹਾ ਲੋਕੀ ਵੇਖਦੇ ਪੇਲੇ ਕਿਉਂਕਿ वैसे तो आब्बास को पाँच सौ साल तो ज्यादा हुकूमत की थी लेकिन अगर सब मरी जुलने हो ना, तो सही लग सी कि हूं भी इतने हब्बासियों हुकूमत चलनी थी मुख्तिफ इलाकों तो आए लोग जिसे ले इतना अच्छी ना तो अपने पढ़े लिखे होने या अमीर होने ना रोब जमाने या फिर बदमाशियां करने ना तो फिर इतासियों को खूब कुट खाने लेकिन आजकल जी दौर आ सोशल मीडिया ना गलत की सही तो सही की गलत दसने अक्सर कसूर मरी आसाया जुलना ਲੇਕਿਨ ਮਰੀ ਵਾਲਿਆਂ ਨਾਲ ਅਗਰ ਪਿਆਰ ਨਾਲ ਪੇਸ਼ ਆਉ ਨਾ ਤੇ ਇਹ ਵੀ ਬੜੇ ਇੱਜ਼ਤ ਕਰਨ ਵਾਲੇ ਪਿਆਰ ਦੇਣ ਵਾਲੇ ਲੋਕ ਨੇ ਪਰ ਅਗਰ ਸਾ ਆਪੇ ਪੰਗੇ ਕਿੰਸੋ ਤੇ ਫਿਰ ਖੈਰ ਵੀ ਆਪਣੀ ਆਪੇ ਹੀ ਮਨਾਨੀ ਨੇ ਉਮੀਦ ਕਰਨੇ ਆ ਵੀਡੀਓ ਦੇਖੀ ਤਾਂ ਸਭ ਖੂਬ ਇੰਜੋਏ ਕੀਤਾ ਹੋਸੀ ਤੁਸੀਂ ਖੂਬ ਮਜ਼ੇ ਆਏ ਹੋ ਸਨ ਇਸ ਵੀਡੀਓ ਕੀ ਮਰੀ ਵਾਲ ਤੇ ਆਪਣੇ ਕਿਸੇ ਆਬਾਸੀ ਸੰਗੀਆ ਨਾਲ ਸ਼ੇਅਰ ਮਾਰੋ ਵੀਡੀਓ ਕੀ ਸ਼ੇਅਰ ਮਾਰਨਾ ਹਰ ਗਿਜ ਨਾ ਭੁਲਿਆ ਤੇ ਚੈਨਲ ਇੰਤਹਾਈ شریف ਇਨਸਾਨ ਕੀ ਸਬਸਕ੍ਰਾਈਬ ਕਰਨਾ ਤੇ ਬਿਲਕੁਲ ਵੀ ਨਾ ਭੁਲਿਆ ਜਲਦੀ ਮਿਲਨੇ ਆ ਕਿਸੇ ਹੋਰ ਨਵੀਂ ਅੱਛੀ ਤੇ ਮਜ਼ੇਨੀ ਵੀਡੀਓ ਨਾਲ ਤਬ ਤੱਕ Allah Hafiz.